ਇੱਕ ਪਿੰਡ ਨੇ ਸੱਦਾ ਭੇਜਿਆ, ਕਾਸਦ ਕਰਕੇ ਕਾਵਾਂ, ਨਿੰਮ ਬਰੋਟੇ ਗਾਉਂਦੇ ਪੰਛੀ, ਖੁਸ਼ੀਆਂ ਦਾ ਸਿਰਨਾਵਾਂ। ਇੱਥੋਂ ਦੀ ਕਾਇਨਾਤ ਦੇ ਕਣ ਕਣ ਵਿੱਚ ਰੱਬ ਵੱਸਦਾ, ਨਾ ਸ਼ਿਫਟਾਂ ਦਾ ਸ਼ੋਰ ਸ਼ਰਾਬਾ, ਕੁਦਰਤ ਦੇ ਗੁਣ ਗਾਵਾਂ। ਹਰ ਦਹਿਲੀਜ਼ ਕਹੇ ਜੀ ਆਇਆ, ਲੱਖ ਲੱਖ ਦੇਣ ਦੁਆਵਾਂ, ਪੈਂਡੇ ਦਾ ਦਿਲ ਆਖੇ ਬੇਲੀ, ਇੱਥੇ ਹੀ ਵੱਸ ਜਾਵਾਂ, ਇੱਥੇ ਹੀ ਵੱਸ ਜਾਵਾਂ। ਅਤੇ ਆਹ ਦੁਕਾਨ ਵੈਲਡਿੰਗ ਵਾਲੀ, ਇੱਥੇ ਕੋਈ ਕਹਿੰਦਾ ਸੰਦ ਸੁੰਦ ਖਰਾਬ ਹੋ ਜਾਂਦੇ ਸੀਗੇ, ਅਤੇ ਇੱਥੋਂ ਬਣਵਾਉਣ ਆਉਂਦੇ ਹੁੰਦੇ ਸੀ, ਰੰਬੇ ਰੁੰਬੇ ਤਿੱਖੇ ਕਰਾਉਂਦੇ ਹੁੰਦੇ ਸੀ, ਸਾਰਾ ਕੰਮ ਕਰ ਦਿੰਦੇ ਹੁੰਦੇ ਸੀਗੇ। ਗੁੱਡ, ਮਤਲਬ ਵੀ ਵਾਹ ਵਾਹ ਕਹਿੰਦੇ, ਬਰਕਤ ਇਹਨਾਂ ਦੇ ਹੱਥ 'ਚ। ਹੋਰ ਕੀ ਕੁਝ ਇਹਨਾਂ ਦੇ ਪਿੰਡ 'ਚ ਵੇਖ ਲਈਏ। ਇਹ ਮੇਰੇ ਨਾਨਕਿਆਂ ਦੇ ਪਿੰਡ ਤੋਂ ਤਾਂ ਵਾਹਵਾ ਵੱਡਾ ਪਿੰਡ ਆ, ਮੇਰੇ ਨਾਨਕਿਆਂ ਦਾ ਪਿੰਡ ਵੀ ਪੁਰਾਣਾ ਆ ਉੱਥੇ, ਪਰ ਇੰਨੀਆਂ ਚੀਜ਼ਾਂ ਨਹੀਂ ਹੈਗੀਆਂ ਉੱਥੇ, ਪਰ ਉੱਥੇ ਸੋਨਾ ਨਹੀਂ ਨਾ ਲੱਭਾ। ਵਾਹ, ਇਹ ਪਤਾ ਨਹੀਂ ਕੀ ਆ, ਪਰ ਇਹ ਕੁਝ ਤਾਂ ਘੁਮਾਉਂਦੀਆਂ, ਜਿਹੜੀਆਂ ਰੀਲਿੰਗ ਵੱਲ ਆਪਾਂ ਪਹਿਲਾਂ ਗਏ ਸੀ ਉਹ ਘੁਮਾਉਂਦੀ ਸੀਗੀ ਟ੍ਰੇਨ ਨੂੰ। ਬੱਕਰੀਆਂ ਵੀ ਲੱਭ ਜਾਂਦੀਆਂ ਤੁਹਾਨੂੰ ਇੱਥੇ। ਹੈਲੋ ਬੱਕਰੀ, ਨਹੀਂ ਮੈਨੂੰ ਤਾਂ ਇੰਗਲਿਸ਼ ਆਉਂਦੀ ਹੋਣੀ। ਹੈਲੋ ਗੋਟ, ਹਾਉ ਆਰ ਯੂ, ਯੂ ਗੁੱਡ, ਯੂ ਗੁੱਡ, ਹੈਲੋ, ਬਾਏ ਯਾਰ, ਤੇ ਤੂੰ ਵੇਖਣ ਲਈ ਪੈਸੇ ਖਰਚੇ ਆ, ਫੋਨ 'ਤੇ ਵਿਖਾ ਦਿਆ ਉਦੋਂ, ਇੱਦਾਂ ਕਾਹਤੇ ਕਰਦੀਆਂ ਅੜੀਏ। ਹਾਂ ਜਾ, ਮੈਂ ਵੀ ਨਹੀਂ ਆਉਂਦਾ। ਬੱਕਰੀਆਂ ਵੇਖ ਸਕਦੇ ਤੁਸੀਂ ਇੱਥੇ, ਜਾ ਗੋਰਾ ਅੰਕਲ ਵੀ। ਅਤੇ ਫਿਰ ਇਸ ਪਿੰਡ ਦਾ ਇੱਕ ਹੋਰ ਹਿੱਸਾ, ਇੱਕ ਤਾਂ ਮਸ਼ਹੂਰ ਹੋਈ ਆ ਧਾਲੀਵਾਲ ਵਾਲਿਆਂ ਦੀ ਮਿੱਲ, ਅਤੇ ਇੱਕ ਇਹਨਾਂ ਦੀ, ਥਵੇਂ ਕਹਿੰਦੇ ਲੋਈਆਂ ਲਾਈਆਂ ਮਿਲਦਾ, ਸਮਾਨ ਮਿਲਦਾ, ਇੱਦਾਂ ਦੀਆਂ ਪੁਰਾਣੇ ਸਟਾਈਲ ਦੇ ਕੱਪੜੇ ਪਾ ਕੇ ਕੁੜੀਆਂ ਤੁਹਾਨੂੰ ਲੱਭਣਗੀਆਂ ਤੁਰਦੀਆਂ ਫਿਰਦੀਆਂ। ਡਿਵੋਰਸ ਸ਼ੁਰੂ ਤੋਂ ਹੀ ਬੜਾ ਰਿਹਾ ਆਸਟ੍ਰੇਲੀਆ, ਜਿੱਥੇ ਇੱਕ ਪਾਸੇ ਚਾਈਨੀਜ਼ ਟੈਂਪਲ ਦਿਖਿਆ ਅਤੇ ਉੱਥੇ ਚਰਚ ਵੀ ਤੁਹਾਨੂੰ ਇੱਥੇ ਦਿਸ ਜਾਂਦਾ, ਬੜਾ ਸੋਹਣਾ ਪੁਰਾਣਾ ਚਰਚ ਆ, ਪਰ ਇਹਨੂੰ ਵੀ ਰੈਨੋਵੇਟ ਕੀਤਾ ਗਿਆ। ਬਾਬਾ ਜੀ ਵਾਹਿਗੁਰੂ, ਜੈ ਜੀ ਸੁਦੀ। ਅਤੇ ਇਹ ਆ ਫਾਇਰ ਬ੍ਰਿਗੇਡ, ਇਹਦੇ ਨਾਲ ਅੱਗ ਬੁਝਾਉਂਦੇ ਹੁੰਦੇ ਸੀ ਪੁਰਾਣੇ ਸਮੇਂ 'ਚ। ਇਹ ਵੱਡੀਆਂ ਵੱਡੀਆਂ ਦੁਕਾਨਾਂ ਵੀ ਪੁਰਾਣੇ ਪਿੰਡ 'ਚ, ਭਾਂਡਿਆਂ ਦੀਆਂ, ਅਤੇ ਚਾਹੇ ਉਹ ਪੱਬ ਕਲੱਬ ਨੇ ਅਤੇ ਚਾਹੇ ਉਹ ਹੋਰ ਫੈਕਟਰੀਆਂ। ਇੱਕ ਹੋਰ ਬੜੀ ਸੋਹਣੀ ਵਰਕਸ਼ਾਪ ਇੱਥੇ ਤੁਸੀਂ ਅਟੈਂਡ ਕਰ ਸਕਦੇ ਹੋ, ਸ਼ਾਪ ਵੀ ਆ ਇੱਥੇ, ਜਦੋਂ ਪੁਰਾਣੇ ਸਮੇਂ 'ਚ ਮੋਮਬੱਤੀਆਂ ਬਣਾਉਂਦੇ ਸੀਗੇ, ਹਾਲੇ ਵੀ ਉਸੇ ਤਰੀਕੇ ਨਾਲ ਇੱਥੇ ਬਣਾਉਂਦੇ ਨੇ। ਐਂਡ ਯੂ ਕੈਨ ਬਾਏ ਇਟ ਐਜ਼ ਵੈਲ। ਸੋ ਇੱਥੇ ਪੁਰਾਣੇ ਸਮੇਂ ਨਾਲ ਜਿੱਦਾਂ ਮੋਮਬੱਤੀਆਂ ਬਣਾਉਂਦੇ ਸੀਗੇ, ਉੱਦਾਂ ਤੁਸੀਂ ਆ ਕੇ ਬਣਾ ਸਕਦੇ ਹਾਂ, ਖਰੀਦ ਸਕਦੇ ਹਾਂ, ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹਾਂ, ਵਰਕਸ਼ਾਪ ਵੀ ਲਾ ਸਕਦੇ ਹਾਂ। ਸੋ ਹੁਣ ਉੱਥੇ ਉਹ ਮੋਮਬੱਤੀਆਂ ਬਣਾ ਰਹੇ ਨੇ। ਮੋਮਬੱਤੀਆਂ ਵੀ ਲੈ ਲਓ ਚਾਹੇ ਤੁਸੀਂ, ਆਪਾਂ ਵੀ ਲਵਾਂਗੇ। ਹੈਲੋ, ਐਂਡ ਜਸਟ ਦਿਸ ਵਨ ਪਲੀਜ਼, ਥੈਂਕ ਯੂ। ਸੋ ਤੁਹਾਨੂੰ ਰੈਪ ਰੂਪ ਕਰਕੇ ਬੜੇ ਸੋਹਣੇ ਤਰੀਕੇ ਨਾਲ ਦੇਵਾਂਗੇ। ਵਾਓ, ਅੱਗੇ ਬੈਕ ਆ ਤੂੰ। Are you all right? Thank you so very much. Thank Have a good day. ਸੋ ਥੋੜ੍ਹੇ ਥੋੜ੍ਹੇ ਚਿਰ ਬਾਅਦ ਇਹਨਾਂ ਦਾ ਆਪਣੇ ਘੋੜੇ ਬੱਗੀਆਂ, ਆਪਣਾ ਇਹਨਾਂ ਦਾ ਸਟਾਫ ਪੁਰਾਣੇ ਵੰਨ ਸਵੰਨੇ ਕੱਪੜਿਆਂ ਦੇ ਵਿੱਚ ਇੱਥੋਂ ਲੰਘਦਾ। ਸੋ
ਝਾਤ ਪੈਂਦੀ ਆ ਕਿ ਜਿੱਦਾਂ ਉਹ ਪੁਰਾਣਾ ਵੱਸਦਾ ਪਿੰਡ ਸੀਗਾ ਅਸੀਂ ਘੋੜਿਆਂ ਨੂੰ ਮਿਲ ਸਕਦੇ ਹਾਂਗੇ ਅਤੇ ਤੁਸੀਂ ਝੂਟੇ ਵੀ ਲੈ ਲੈਂਦੇ ਹਾਂ ਪਰ ਇਹਦੇ ਪੈਸੇ ਵੱਖ ਲੈਂਦੇ ਜੇ ਟਿਕਟ 'ਚ ਨਹੀਂ ਬਟ ਹਾਂ ਤੁਸੀਂ ਇਹਨਾਂ ਘੋੜਿਆਂ ਨੂੰ ਜਾ ਕੇ ਹੱਥ ਹੁੱਥ ਵੀ ਲਾ ਸਕਦੇ ਹਾਂ ਪਰ ਇਹ ਜਦੋਂ ਆਪਣੇ ਸਟੇਬਲ 'ਚ ਖੜ੍ਹੇ ਹੁੰਦੇ ਨੇ ਕਿੱਦਾਂ ਸੋਹਣਾ ਆ ਸੋ ਇੱਕ ਟਾਈਮ 'ਤੇ 6 ਪੈਸੰਜਰ ਖਿੱਚ ਸਕਦੇ ਆ ਘੋੜੇ ਜ਼ਰੂਰਤ ਇਹਨਾਂ 'ਚ ਕਾਫੀ ਆ ਬਟ ਇਹਨਾਂ ਦੇ ਸਟੈਂਡਰਡ ਹਿਸਾਬ ਨਾਲ 6 ਖਿੱਚ ਸਕਦੇ ਹਨ ਲੁੱਕ ਘੋੜਿਆਂ ਦਾ ਸਾਈਜ਼ ਕਿਹੜਾ ਤਗੜਾ ਆ ਇਹ ਖਾਂਦੇ ਆ ਸਟੀਕ ਸੋ ਸ਼ਰਾਬੀ ਵੀਰਾਂ ਲਈ ਖੁਸ਼ਖਬਰੀ ਇੱਥੇ ਆ ਕੇ ਤੁਹਾਨੂੰ ਦਰ ਵੀ ਮਿਲ ਸਕਦੀ ਹੈ ਐਂਡ ਜਿਹੜੀ ਮੈਂ ਅੱਗੇ ਗੱਲ ਕਰਦਾ ਸੀਗਾ ਕਿ ਉਹ ਵੰਨ ਸੁਵੰਨੀਆਂ ਪੁਸ਼ਾਕਾਂ ਪਾ ਕੇ ਪੁਰਾਣੇ ਸਮੇਂ ਦੀਆਂ ਸ਼ਹਿਰ 'ਚ ਘੁੰਮਦੇ ਫਿਰਦੇ ਨੇ ਕਿ ਤੁਹਾਨੂੰ ਪੂਰਾ ਭੁਲੇਖਾ ਪਵੇ ਹਲੋ ਆਫਿਸ ਹਰੀਦਾਨ ਸਤਿ ਸ਼੍ਰੀ ਅਕਾਲ ਕਿੱਡੀ ਸੋਹਣੀ ਸਤਿ ਸ਼੍ਰੀ ਅਕਾਲ ਬੁਲਾ ਕੇ ਰਿਹਾ ਜਿਉਂਦਾ ਰਿਹਾ ਮਿੱਤਰਾ ਖੁਸ਼ ਕੀਤਾ ਜੀ ਹਾਂ ਜਿਹੜੇ ਆਂਟੀ ਨੇ ਇਹਨਾਂ ਨੂੰ ਵੇਖ ਵੇਖ ਕਿੱਦਾਂ ਆਉਂਦੀ ਜਿੱਦਾਂ ਦਾਦੀ ਹੁੰਦੀ ਪਿੰਡ ਤੁਰੀ ਫਿਰਦੀ ਸੋ ਇਹਨਾਂ ਨੇ ਗੇੜੇ ਕੱਢਣੇ ਆ ਬਸ ਸਾਰਾ ਦਿਨ ਸਾਰੇ ਹੀ ਸਟਾਫ ਨੇ ਕਿ ਤੁਹਾਨੂੰ ਲੱਗਦਾ ਰਹੇ ਕਿ ਤੁਸੀਂ ਸੱਚੀ ਪੁਰਾਣੇ ਪਿੰਡ 'ਚ ਘੁੰਮਣ ਡਏ ਆ ਹੁਣ ਇਹਨਾਂ ਨੇ ਬਹਿ ਕੇ ਜਾਂ ਖਲੋ ਕੇ ਗੱਲਾਂ ਕਰਨੀਆਂ ਜਿੱਦਾਂ ਜਨਾਨੀਆਂ ਕਰਦੀਆਂ ਹੁੰਦੀਆਂ ਪਿੰਡਾਂ 'ਚ ਐਂਡ ਦੈਟਸ ਦੀ ਹੋਲ ਸਟੋਰੀ ਆਫ ਦਿਸ ਵਿਲੇਜ So these are the all are the boiled ones or they are the yes. Oh yeah. Yep, so they're all boiled those ones. I wouldn't recommend giving to like a young child. Oh yeah. Just because you have to suck. What's younger than me? cash or card? I have my card, please. Would you like a bag for them? Yes, please, a small one. Thanks so much. Have a great day. Good day. ਟੋਫੀਆਂ ਕੈਂਡੀਜ਼ ਵੀ ਹੋ ਗਈਆਂ ਆਪਣੀਆਂ ਗਰਮੀ ਬੜੀ ਪਈ ਅੱਜ ਦਾ ਦਿਨ ਦੁਕਾਨਾਂ ਹੋਰ ਵੀ ਬਹੁਤ ਸਾਰੀਆਂ ਨੇ ਔਰ ਟਿਕ ਜਾ ਭਰਾਵਾ ਹਾਂਜੀ ਦੁਕਾਨਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਕਿ ਅੱਧੀਆਂ ਘੁੰਮੀਆਂ ਨਹੀਂ ਕਈਆਂ 'ਚ ਵਰਕਸ਼ਾਪ ਲੱਭ ਰਹੀ ਹੁੰਦੀ ਆ ਜਿੱਦਾਂ ਤੁਸੀਂ ਮਤਲਬ ਦੇਖ ਰਹੇ ਹਾਂ ਕਿ ਪੁਰਾਣੇ ਸਮੇਂ ਕੀ ਪ੍ਰੋਸੈਸ ਹੁੰਦਾ ਸੀ ਕਿੱਦਾਂ ਚੀਜ਼ਾਂ ਬਣਦੀਆਂ ਸੀਗੀਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਗਿਫਟ ਸ਼ੋਪ ਵੀ ਆ ਬੱਚਿਆਂ ਲਈ ਇੱਕ ਪਲੇ ਸੈਂਟਰ ਜਿਹਾ ਸਾਈਡ 'ਤੇ ਬਣਿਆ ਆ ਅਲੇਕ ਵੀ ਆ ਬੜਾ ਸੋਹਣਾ ਜਿਹਦੇ ਨਾਲ ਨਾਲ ਮੈਂ ਤੁਰਿਆ ਫਿਰਦਾ ਹੈਗਾ ਹਾਂ ਯਾ ਯੂ ਕੈਨ ਸੀ ਇਟ ਨਾਓ ਸੋ ਇਹ ਸਾਰਾ ਕੁਝ ਹੈ ਹੁਣ ਵੱਧਦੇ ਹਾਂ ਅੱਗੇ ਇੱਥੋਂ ਦਾ ਇੱਕ ਵਾਈਲਡ ਲਾਈਫ ਵਿਲੇਜ ਜਿਹਾ ਆ ਜਾਂ ਪਾਰਕ ਆ ਜਾਂ ਸੈਂਚੁਰੀ ਆ ਉੱਧਰ ਨੂੰ ਚੱਲਦੇ ਹਾਂ ਥੋੜ੍ਹਾ ਬਹੁਤਾ ਸ਼ਹਿਰ ਦੇਖਦੇ ਹਾਂ ਐਂਡ ਲੰਚ ਕਰੀਏ ਇੱਥੇ ਇੱਕ ਲਾਗੇ ਪਾਈਜ਼ ਦੀ ਸ਼ਾਪ ਵੀ ਹੈਗੀ ਆ ਮੈਂ ਥੱਲੇ ਨਾਮ ਪਾਉਣ ਦੀ ਕੋਸ਼ਿਸ਼ ਕਰੂੰਗਾ ਕਹਿੰਦੇ ਉੱਥੇ ਅਮੈਰੀਕਨ ਪਾਈਜ਼ ਮਿਲਦੀਆਂ ਇਫ ਯੂ ਫਰੋਮ ਅਮੈਰੀਕਾ ਅਤੇ ਜਾਂ ਤੁਸੀਂ ਅਮੈਰੀਕਨ ਪਾਈਜ਼ ਖਾਧੀਆਂ ਤਾਂ ਕਾਫੀ ਹੱਦ ਤੱਕ ਤੁਹਾਨੂੰ ਸੇਮ ਟੇਸਟ ਮਿਲਦਾ ਇੱਥੇ ਸੋ ਤੁਸੀਂ ਉਹ ਵੀ ਟਰਾਈ ਕਰ ਲਿਓ ਹੁਣ ਚੱਲੀਏ ਆਪਾਂ ਬੈਲਰਾਇਟ ਵਾਈਲਡ ਲਾਈਫ ਪਾਰਕ ਵੱਲ ਨੂੰ ਇੱਥੇ ਨਾ ਇੱਕ ਲੇਕ ਬੰਡੂਰੀ ਵੀ ਹੈਗਾ ਯਾਨੀ ਕਿ ਉਹ ਬੜਾ ਵੱਡਾ ਲੇਕ ਆ ਬੈਲਰਾਇਟ ਦੇ ਵਿੱਚ ਲੋਕ ਸੈਰ ਸੂਰ ਕਰਨ ਡੇ ਹੁੰਦੇ ਉੱਥੇ ਅਤੇ ਉਹ ਵੀ ਜਗ੍ਹਾ ਵੇਖ ਸਕਦੇ ਆ ਤੁਸੀਂ ਪਰ ਮੈਂ ਉੱਥੇ ਪਹਿਲੋਂ ਹੋਇਆ ਹਾਂ ਇੱਕ ਵਾਰੀ ਪਹਿਲੋਂ ਆਇਆ ਹਾਂ ਉਦੋਂ ਵਲੌਗ ਨਹੀਂ ਬਣਿਆ ਪਰ ਉਹਦੇ ਜਿਹੜੇ ਸ਼ਾਰਟਸ ਨੇ ਉਹ ਵਿੱਚ ਆਪਾਂ ਐਡ ਕਰ ਦਾਂਗੇ ਅਤੇ ਫਿਰ ਤੁਹਾਨੂੰ ਸਹੂਲਤ ਹੋਜੂਗੀ ਅਤੇ ਹੁਣ ਆਮ ਲੁਕਿੰਗ ਫੋਰ ਲੰਚ ਅਤੇ ਉਸ ਤੋਂ ਬਾਅਦ ਜਾਣਾ ਆ ਆਪਾਂ ਬੈਲਰਾਇਟ ਵਾਈਲਡ ਲਾਈਫ ਪਾਰਕ ਅਤੇ ਹੋਰ ਕਾਫੀ ਚੀਜ਼ਾਂ ਨੇ ਇੱਦਾਂ ਇੱਥੇ ਦੇਖਣ ਨੂੰ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤੀਆਂ ਗੂਗਲ ਕਰੋ ਲੱਭ ਜਾਣਗੀਆਂ ਅਤੇ ਉੱਦਾਂ ਵੀ ਯਾਰ ਤੁਸੀਂ ਆਓ ਕੋਈ ਗੱਲ ਹੀ ਨਹੀਂ ਇੱਥੇ ਬੜੀ ਆਸ਼ਾ ਮੌਜ ਆ ਮਤਲਬ ਵੀ ਸੋਹਣਾ ਸ਼ਹਿਰ ਆ ਸੋਹਣਾ ਪਿੰਡ ਆ ਯੂ ਵਿਲ ਇੰਜੋਏ ਅਤੇ ਮੈਨੂੰ ਤਾਂ ਹੁੰਦਾ ਕਿ ਮੈਨੂੰ ਪੁਰਾਣੇ ਪਿੰਡ ਆਸਟ੍ਰੇਲੀਆ ਦੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਪੁਰਾਣੀਆਂ ਬਿਲਡਿੰਗਾਂ ਬੁੱਢੇ ਬੁੱਢੇ ਜਿਹੇ ਲੋਕ ਹੈ ਨਾ ਸੋ ਤਾਂ ਕਰਕੇ ਕਾਫੀ ਲੱਭਣ ਲਭਾਉਣ ਅਤੇ ਜੱਬਣ ਤੋਂ ਬਾਅਦ ਖਾਣ ਨੂੰ ਕੁਝ ਲੱਭਾ ਨਹੀਂ ਮਤਲਬ ਵੀ ਹੈਗਾ ਬੜਾ ਕੁਝ ਮੈਨੂੰ ਨਹੀਂ ਕੁਝ ਪਸੰਦ ਆ ਅਤੇ ਹੁਣ ਆਪਾਂ ਤੁਰ ਕੇ ਲੱਭਾਂਗੇ ਸ਼ਾਇਦ ਕੋਈ ਲੱਭ ਜੇ ਪਰ ਭੁੱਖ ਵੱਧਦੀ ਜਾ ਰਹੀ ਹੈ ਯਾਨੀ ਕਿ ਲੱਗਦੀ ਜਾ ਰਹੀ ਹੈ ਆਜੋ ਹੈ ਅੱਜ ਤਾਂ ਬੋਰਿੰਗ ਲੱਗਦਾ ਨਾ ਓਕੇ ਮਿਊਜ਼ਿਕ Thank you.
ਬਟ ਵਿਕਟੋਰੀਆ ਦਾ ਤੀਜਾ ਵੱਡਾ ਸ਼ਹਿਰ ਆ ਸੋ ਬਾਕੀ ਵੱਡੇ ਸ਼ਹਿਰਾਂ ਵਾਂਗੂ ਤੁਹਾਨੂੰ ਇੱਥੇ ਇੱਕ ਗੈਲਰੀ ਵੀ ਮਿਲਦੀ ਆ ਜਿੱਥੇ ਤੁਹਾਨੂੰ ਜਾਣਕਾਰੀ ਨਾ ਕਿ ਸਿਰਫ ਬੈਲਾਰਾਡ ਦੀ ਹੋਰ ਵੀ ਕਾਫੀਆਂ ਜਗ੍ਹਾਵਾਂ ਦੀ ਮਿਲਦੀ ਆ ਸੋ ਮੇਕ ਸ਼ੋਰ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਇਸ ਸਮੇਂ ਇੱਥੇ ਇੱਕ ਐਗਜੀਬਿਸ਼ਨ ਚੱਲ ਰਹੀ ਸੀ ਲਿੰਡੇ ਸੋ ਉਹ ਮੈਂ ਦੇਖੀ ਬਿਊਟੀਫੁਲ ਸੁਣਿਆ ਮੈਂ ਬੈਲਾਰਾਡ ਵਾਈਲਡ ਲਾਈਫ ਪਾਰਕ ਤੁਸੀਂ $35 ਟਿਕਟ ਖਰਚ ਕੇ ਆ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਣ ਨੂੰ ਐਂਡ $4 ਦਾ ਕੰਗਾਰੂਸ ਲਈ ਫੂਡ ਵੀ ਲੈ ਸਕਦੇ ਹੋ ਚੱਲੀਏ ਵੀ ਆ ਜਾਓ ਜੀ ਮੀਟ ਕੱਟ ਨੋ ਇਹਨੂੰ ਇੱਦਾਂ ਹੀ ਬੋਲਦੇ ਆ ਜਾਂ ਕੁਝ ਹੋਰ ਬੋਲਦੇ ਆ ਪਰ ਅਫਰੀਕਾ ਦਾ ਆ ਭਾਊ ਅਠਖੇਲੀਆਂ ਕਰਦਾ ਹੋਇਆ ਅਤੇ ਇੱਥੇ ਆ ਕੇ ਤੁਸੀਂ ਇਹਨਾਂ ਕੰਗਾਰੂਆਂ ਨੂੰ ਕੁਝ ਖਵਾ ਵੀ ਸਕਦੇ ਹੋ ਜਿਹੜੇ ਖਾ ਖਾ ਕੇ ਪਹਿਲੋਂ ਆਫ ਰਹੇ ਆ ਪਰ ਇਹਨਾਂ ਫਿਰ ਖਾਣਾ ਵੇਖ ਕੇ ਉੱਠ ਖਵਾਉਣਾ ਹੀ ਹੁੰਦਾ ਬਟ ਆਹ ਸੱਜਣ ਹਾਲੇ ਸੌਣ ਦੇ ਮੂਡ 'ਚ ਆ ਮੈਂ ਇੱਕ ਸੁਸਤੀ ਪਾਈ ਹੋਈ ਆ ਰੱਜ ਕੇ ਖਾਧਾ ਹੋਇਆ ਕਿਆ ਬਾਤ ਹੈ ਇਸ ਇਨ ਡਿਫਰੈਂਟ ਪੋਜ ਹੈ ਯਾਰ ਰਿਪਟਾਈਲ ਹਾਊਸ ਦੇਖਦੇ ਹਾਂ ਕੀ ਲੱਭਦਾ ਸੱਪ ਹੁੰਦੇ ਇੱਥੇ ਵੱਡੇ ਵੱਡੇ ਸੱਪ ਆ ਇਹ ਕਿੱਡਾ ਵੱਡਾ ਜਨਾਬ ਕੀ ਹਾਲ ਨੇ ਪਹਿਲਾਂ ਹੀ ਖਾ ਕੇ ਰੱਜੇ ਪਏ ਅਤੇ ਇਹਨਾਂ ਕੀ ਖਾਣਾ ਸਿਰਫ ਇੱਥੇ ਪੰਛੀ ਪਸ਼ੂ ਨਹੀਂ ਹੈਗੇ ਪੰਛੀ ਵੀ ਹੈਗੇ ਆ ਅਤੇ ਇੱਥੇ ਤੁਹਾਨੂੰ ਲੇਕ ਵੀ ਲੱਭਦਾ ਇੱਕ ਉਹਦੇ ਵਿੱਚ ਵੀ ਕਾਫੀ ਪ੍ਰਵਾਸੀ ਜਿਹੜੇ ਬਰਡਸ ਨੇ ਆਏ ਹੁੰਦੇ ਐਂਡ ਦੇ ਵੀ ਗੋ ਦਾ ਈਮੂ ਯਾ ਆਈ ਗਾਟ ਦੈਟ ਦੈਟਸ ਅ ਬੈਸਟ ਵਨ ਹੈਲੋ ਬੜੀ ਕਿੰਨਾ ਭਾਈਚਾਰਕ ਮਾਹੌਲ ਆ ਇੱਥੇ ਉਹ ਵੀ ਤੁਰੇ ਫਿਰਦੇ ਆ ਅਤੇ ਇਹ ਵੀ ਇੱਥੇ ਸੁੱਤੇ ਆ ਇਹ ਜਵਾਕ ਜਾਪਦੇ ਆ ਹੈਵਿੰਗ ਮਿਲਕ ਅਤੇ ਜਿੱਥੇ ਧਿਆਨ ਮਾਰ ਲਓ ਤੁਹਾਨੂੰ ਕੰਗਾਰੂ ਲੱਭਦੇ ਰੱਜ ਕੇ ਲੰਮੇ ਪਏ
ਤੁਹਾਨੂੰ ਕੋਈ ਹੈ ਨਹੀਂ ਕੋਈ ਸੁੱਤੇ ਰਹਿਣਾ ਤਾਂ ਕੋ ਰੋਟੀ ਪਾਣੀ ਦਾ ਹੈ ਨਹੀਂ ਆ ਮਿਸਟਰ ਲਿਆਮਾ ਭਾਅ ਜੀ ਹੈਲੋ ਲਿਆਮਾ ਜੀ ਹੈਲੋ ਭਾਅ ਜੀ ਭਾਅ ਜੀ ਕਿੱਥੇ ਖੜ ਜਾਓ ਹਾਏ ਧੁੱਪੇ ਆਇਆ ਮੈਂ ਭੱਜ ਗਏ ਭਾਅ ਜੀ ਹੁਣੀ ਵਧੀਆ ਵੈਰੀ ਕਿਊਟ ਓ ਐਨਰਜੀ ਆਲਮੋਸਟ ਸਾਰੀ ਡਰੇਨ ਹੋ ਗਈ ਚੱਲ ਗਿਆ ਕਰਕੇ ਕੰਗਾਰੂ ਵੇਖੀ ਜਾਣੇ ਇਟ ਵਾਜ਼ ਅ ਗੁੱਡ ਬੇਬੀ ਡੇ ਆਊਟ ਪੈਂਡਾ ਡੇ ਆਊਟ ਆਲ ਸੇ ਫਿਰ ਈਮੂ ਪਾਣੀ ਪੀਂਦੇ ਉਹ ਦਿਖਾਉਣਾ ਤੁਹਾਨੂੰ ਐਂਡ ਫਿਰ ਐਂਡ ਵਾਲੇ ਪਾਸੇ ਨੂੰ ਆਉਂਦਿਆਂ ਆਉਂਦਿਆਂ ਸਾਡੇ ਕੋਲ ਕੀ ਨੇ ਕੁਆਲਾਸ ਜਿਹੜੇ ਟੈਡੀ ਬੀਅਰ ਜੇ ਵਾਹਵਾ ਵੇਖਦੇ ਹੁੰਦੇ ਐਂਡ ਦੇ ਲੁੱਕ ਲਾਈਕ ਟੈਡੀ ਬੀਅਰਸ ਕਿਉਂਕਿ ਇੱਥੋਂ ਕਲੀਅਰ ਨਹੀਂ ਦੇਖਣੇ ਤੁਸੀਂ ਗੂਗਲ ਕਰਕੇ ਦੇਖ ਲਿਓ ਕੁਆਲਾ ਕਿੱਦਾਂ ਦੇ ਹੁੰਦੇ ਆ ਬਟ ਮੈਂ ਵੇਖਿਆ ਬੜੇ ਸੋਹਣੇ ਹੁੰਦੇ ਆ ਐਂਡ ਵਟ ਵੀ ਹੈਵ ਟੈਸਮੈਨੀਅਨ ਡੈਵਲ ਚੂਹਾ ਇਹ ਬੜਾ ਗੰਦਾ ਜੀ ਇੱਕ ਟੈਸਮੈਨੀਅਨ ਡੈਵਲ ਸੀਗਾ ਅਤੇ ਇੱਕ ਟੈਸਮੈਨੀਅਨ ਟਾਈਗਰ ਆ ਜਿਹੜਾ ਇੱਕ ਇੰਸਟਿੰਕਟ ਹੋ ਗਿਆ ਪੂਰੀ ਤਰ੍ਹਾਂ ਨਹੀਂ ਬਟ ਕਹਿ ਲਓ ਵੀ ਆਲਮੋਸਟ ਇੰਸਟਿੰਕਟ ਹੋ ਗਿਆ ਟੈਸਮੈਨੀਅਨ ਟਾਈਗਰ ਗੈਬ ਹੋ ਗਿਆ ਵਿਚਾਰਾ ਪਹਿਲਾਂ ਸੀਗਾ ਸੋ ਸਮੇਂ ਨਾਲ ਕਿੰਨਾ ਕੁਝ ਗੈਬ ਹੋ ਗਿਆ ਅਤੇ ਆਹੋ ਹੀ ਇਹਨਾਂ ਕੋਲ ਪ੍ਰਜ਼ਰਵ ਕਰਕੇ ਰੱਖਣ ਨੂੰ ਅਤੇ ਇੱਕ ਦਿਨ ਬੰਦੇ ਖਿਲਾਰੇ ਹੋਣਗੇ ਅਤੇ ਉਹਨਾਂ ਨੇ ਨਵੇਂ ਕਿਸਮ ਦੇ ਬੰਦੇ ਦੇਖਦੇ ਹੋਣਗੇ ਕਿ ਇਹ ਪ੍ਰਜ਼ਰਵ ਕੀਤੇ ਆ ਸੋ ਤੁਸੀਂ ਪ੍ਰਜ਼ਰਵ ਕਰੋ ਪਾਣੀ ਨੂੰ ਚੀਜ਼ਾਂ ਨੂੰ ਜਿਹੜੀਆਂ ਨੂੰ ਕਰ ਸਕਦੇ ਹਾਂ ਸੋ ਇਹ ਸੀ ਅੱਜ ਦਾ ਵਲੋਗ ਆਫਟਰ ਅ ਵੈਰੀ ਲੌਂਗ ਬ੍ਰੇਕ ਅਸੀਂ ਫਿਰ ਮਿਲਾਂਗੇ ਇੱਕ ਨਵੇਂ ਵਲੋਗ ਦੇ ਨਾਲ ਆਪਣੀ ਫੀਡਬੈਕ ਆਉਣ ਦਿਓ ਕਮੈਂਟ ਸੋਹਣੇ ਸੋਹਣੇ ਆਉਣ ਦਿਓ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਸੋਹਣੀਆਂ ਚੀਜ਼ਾਂ ਇਸੇ ਤਰੀਕੇ ਨਾਲ ਪੇਸ਼ ਹੁੰਦੀਆਂ ਰਹਿਣਗੀਆਂ ਹੱਸਦੇ ਵੱਸਦੇ ਰਹੋ ਅਤੇ ਆਪਣਾ ਖਿਆਲ ਰੱਖੋ ਅਸੀਂ ਫਿਰ ਮਿਲਦੇ ਹਾਂ ਅਤੇ ਹੁਣ ਆਪਾਂ ਚੱਲੀਏ ਘਰਾਂ ਵੱਲ ਨੂੰ ਕਿਉਂਕਿ ਅੱਧੇ ਦਿਨ ਤੋਂ ਵੱਧ ਦਿਨ ਲੰਘ ਗਿਆ ਮਲਬਨ ਜਾਣ ਨੂੰ ਵੀ ਟਾਈਮ ਲੱਗਣਾ ਅਤੇ ਹੈ ਵੀ ਗੋ ਥੈਂਕ ਯੂ ਸੋ ਵੈਰੀ ਮੱਚ ਇੱਥੇ ਨਾ ਇੱਕ ਲੇਕ ਬੰਡੂਰੀ ਵੀ ਹੈਗਾ ਜਾਨੀ ਕਿ ਉਹ ਬੜਾ ਵੱਡਾ ਲੇਕ ਆ ਬੈਲਰਾਡ ਦੇ ਵਿੱਚ ਲੋਕ ਸੈਰ ਸੂਰ ਕਰਨ ਡੇ ਹੁੰਦੇ ਉੱਥੇ ਅਤੇ ਉਹ ਵੀ ਜਗ੍ਹਾ ਵੇਖ ਸਕਦੇ ਹਾਂ ਤੁਸੀਂ ਪਰ ਮੈਂ ਉੱਥੇ ਪਹਿਲੋਂ ਹੋਇਆ ਹਾਂ ਇੱਕ ਵਾਰੀ ਪਹਿਲੋਂ ਆਇਆ ਹਾਂ ਉਦੋਂ ਵਲੋਗ ਨਹੀਂ ਬਣਿਆ ਪਰ ਉਹਦੇ ਜਿਹੜੇ ਸ਼ਾਰਟਸ ਨੇ ਉਹ ਵਿੱਚ ਆਪਾਂ ਐਡ ਕਰ ਦਾਂਗੇ ਫਿਰ ਤੁਹਾਨੂੰ ਸਹੂਲਤ ਹੋ ਜੂਗੀ ਦੇਖ ਮੋਤੀਆਂ ਜੇ ਦੰਦ ਮੇਰੀ ਧੁੱਪ ਜੇ ਹਾਰ ਰੰਗ ਮੇਰੇ ਬਦਲੇ ਨੇ ਢੰਗ ਸ਼ਾਲਾ ਖੈਰ ਹੋਵੇ ਤੇਰਾ ਪਤਲਾ ਏ ਲੱਕ ਉੱਤੋਂ ਤਿੱਖਾ ਤਿੱਖਾ ਨੱਕ ਤੂੰ ਐ ਪਰੀ ਮੈਨੂੰ ਸ਼ੱਕ ਸ਼ਾਲਾ ਖੈਰ ਹੋਵੇ ਬਾਹਾਂ ਗੋਰੀਆਂ ਤੂੰ ਗਲ ਮੇਰੇ ਪਾ ਲੀਆਂ ਰਾਤੀ ਵੇਖਿਆ ਸੀ ਸੁਪਨਾ ਅਜੀਬ ਮੈਂ ਲੱਗ ਸੀ ਨੇ ਨਾ ਸੁਣ ਦੁੱਖ ਯਾਰ ਦਾ ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈਂ ਲੱਗ ਸੀ ਨੇ ਨਾ